ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਲੇ ਮੁਹੱਲੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ। ਲੱਖਾਂ ਦੀ ਗਿਣਤੀ 'ਚ ਸੰਗਤ ਇੱਥੇ ਪਹੁੰਚ ਰਹੀ ਆ। ਕੱਲਾ ਪੰਜਾਬ ਹੀ ਨਹੀਂ, ਦੇਸ਼ ਹੀ ਨਹੀਂ, ਦੁਨੀਆ ਭਰ ਦੇ ਵਿੱਚੋਂ ਸੰਗਤ ਦਰਸ਼ਨ ਕਰਨ ਵੀ ਪਹੁੰਚ ਰਹੀ ਆ ਤੇ ਸੇਵਾ ਕਰਨ ਦੇ ਲਈ ਵੀ ਪਹੁੰਚ ਰਹੀ ਆ। ਵੱਖ ਵੱਖ ਤਰ੍ਹਾਂ ਦੇ ਲੰਗਰ ਲੱਗ ਰਹੇ ਨੇ ਕਿਉਂਕਿ ਲੱਖਾਂ ਦੀ ਗਿਣਤੀ ਸੰਗਤ ਜਦੋਂ ਆਉਂਦੀ ਆ ਉਹਨਾਂ ਦੇ ਰਹਿਣ ਖਾਣ ਪੀਣ ਦਾ ਪ੍ਰਬੰਧ ਵੀ ਕਰਨਾ ਪੈਂਦਾ। ਤਾਂ ਜਿੱਥੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਆ ਉੱਥੇ ਹੀ ਨਾਲ ਹਰ ਤਰ੍ਹਾਂ ਦਾ, ਕਿਉਂਕਿ ਹੋਲਾ ਮੁਹੱਲਾ ਖੁਸ਼ੀਆਂ ਦਾ ਤਿਉਹਾਰ ਆ ਤਾਂ ਇੱਥੇ ਹਰ ਤਰ੍ਹਾਂ ਦੇ ਲੰਗਰ ਲਾਏ ਜਾਂਦੇ ਆ। ਉਹਨਾਂ ਦੇ ਵਿੱਚੋਂ ਇੱਕ ਖਾਸ ਲੰਗਰ ਤੁਹਾਡੇ ਸਾਹਮਣੇ ਆ, ਬਦਾਮਾਂ ਦੀ ਛਰਦਾਈ। ਇੱਥੇ ਕਈ ਕੁਇੰਟਲ ਬਦਾਮ ਜਿਹੜੇ ਨੇ ਉਹਦੀ ਛਰਦਾਈ ਬਣਾ ਕੇ ਸੰਗਤਾਂ ਨੂੰ ਛਕਾਈ ਜਾਂਦੀ ਆ ਲੰਗਰ ਦੇ ਰੂਪ ਦੇ ਵਿੱਚ। ਤਾਂ ਇਹ ਆਪਣੀ ਸ਼ਰਧਾ, ਆਪਣੀ ਸੇਵਾ, ਆਪਣੀਆਂ ਖੁਸ਼ੀਆਂ ਨੇ। ਤਾਂ ਇਹ ਤੁਸੀਂ ਦੇਖੋ ਵੀ ਇਹ ਸੇਵਾਦਾਰ, ਇਹ ਸਿੰਘ ਹੱਥੀਂ ਇਹ ਕੁੰਡੇ ਦੇ ਵਿੱਚ ਰਗੜਾਈ ਕਰਦੇ ਨੇ ਲਗਾਤਾਰ। ਇਹ ਪੂਰਾ ਦਿਨ ਕੁੰਡਾ ਚੱਲਦਾ ਔਰ ਜਿੰਨੀ ਦੇਰ ਕੁੰਡਾ ਚੱਲਦਾ ਲੰਗਰ ਤਿਆਰ ਹੁੰਦਾ ਰਹਿੰਦਾ ਤੇ ਸੰਗਤਾਂ ਦੇ ਵਿੱਚ ਇਹ ਬਦਾਮਾਂ ਦੀ ਛਰਦਾਈ ਦਾ ਲੰਗਰ ਆ ਜਿਹੜਾ ਉਹ ਵਰਤਾਇਆ ਜਾਂਦਾ। ਹੁਣ ਇਹ ਲੰਗਰ ਲਾਉਣ ਵਾਸਤੇ ਸੰਗਤ ਆਈ ਕਿੱਥੋਂ ਆ? ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ, ਦੁਨੀਆ ਭਰ ਦੇ ਵਿੱਚੋਂ ਸੰਗਤਾਂ ਦੇ ਨਾਲ ਸੇਵਾਦਾਰ ਵੀ ਪਹੁੰਚ ਰਹੇ। ਉਹਨਾਂ ਦੇ ਵਿੱਚੋਂ ਇੱਕ ਸੇਵਾਦਾਰ ਇਹ ਆ। ਇਹਨਾਂ ਦੀ ਲੁੱਕ ਵੇਖ ਕੇ ਵੀ ਤੁਸੀਂ, ਇਹਨਾਂ ਦੀ ਦਿੱਖ ਵੇਖ ਕੇ ਤੁਹਾਨੂੰ ਲੱਗਦਾ ਹੋਏਗਾ ਕਿ ਇਹ ਬਾਹਰੋਂ ਹੀ ਆਏ ਨੇ। ਮੇਜਰ ਸਿੰਘ ਨੇ ਸਪੇਨ ਤੋਂ ਆਏ ਨੇ ਔਰ ਇਹ ਐਤਕੀ ਨਹੀਂ ਆਏ। ਕਹਿੰਦੇ ਨੇ ਕਿ 20 ਸਾਲ ਹੋ ਗਏ, 21ਵਾਂ ਸਾਲ ਐਤਕੀ ਚੱਲ ਰਿਹਾ ਜਦੋਂ ਅਨੰਦਪੁਰ ਸਾਹਿਬ ਦੇ ਹੋਲਾ ਮੁਹੱਲਾ ਦੇ ਵਿੱਚ ਰੌਣਕਾਂ ਦੇ ਵਿੱਚ ਸ਼ਾਮਲ ਹੁੰਦੇ ਨੇ, ਦਰਸ਼ਨ ਦੀਦਾਰੇ ਕਰਦੇ ਨੇ ਸੰਗਤ ਦੇ ਤੇ ਸੇਵਾ ਦਾ ਸੁੱਖ ਪ੍ਰਾਪਤ ਕਰਦੇ ਨੇ। ਮੇਜਰ ਸਿੰਘ ਜੀ ਮੈਂ ਸਹੀ ਕਿਹਾ? ਸਹੀ ਕਿਹਾ, ਜਿੱਦਾਂ ਤੁਸੀਂ ਸਹੀ ਕਿਹਾ ਜੀ। 21ਵਾਂ ਸਾਲ ਹੋ ਗਿਆ ਐਤਕੀ, 21ਵਾਂ ਸਾਲ ਹੋਏ ਗੁਰੂ ਮਹਾਰਾਜ ਜੀ ਦੀ ਮਿਹਰ ਨਾਲ। ਹਰ ਸਾਲ ਇੱਦਾਂ ਹੀ ਲੰਗਰ ਲਾਉਂਦੇ ਹਾਂ। ਇਹ ਪਹਿਲਾ ਲੰਗਰ ਸ਼ਰਧਾ ਜੀ ਦਾ ਸ਼ੁਰੂ ਕੀਤਾ ਜੀ, ਜਦੋਂ ਤੋਂ ਲਿਆਂਦਾ ਵੀ ਹਰ ਸਾਲ 2-2.5 ਕੁਇੰਟਲ, 2-2.5 ਕੁਇੰਟਲ ਬਦਾਮ ਹਰ ਸਾਲ ਵੱਧਦਾ ਵਾ, ਘੱਟਦਾ ਨੀਗਾ ਜੀ। ਅਗਲੇ ਐਤਕੀ 2.5 ਕੁਇੰਟਲ, ਅਗਲੀ ਵਾਰ ਨੂੰ ਮਹਾਰਾਜ ਸੁੱਖ ਰੱਖੇ 5 ਕੁਇੰਟਲ ਤਾਂ ਜਾਊਗਾ। 20 ਤਰੀਕ ਤੋਂ ਸ਼ੁਰੂ ਹੋਇਆ ਵਾ ਲੰਗਰ, 26 ਤਰੀਕ ਤਾਂ ਇਹ ਚੱਲਦਾ ਰਹਿਣਾ ਇੱਧਰ। 6 ਦਿਨ ਚੱਲਦਾ, ਕਰੀਬ ਹਫ਼ਤਾ? ਹਾਂਜੀ, 1 ਹਫ਼ਤਾ ਪੂਰਾ ਚੱਲਦਾ ਜੀ। ਅੱਛਾ, ਤੁਸੀਂ ਪਿਛਲੇ, ਇਹ ਹੁਣ 21ਵਾਂ ਸਾਲ ਆ, 21 ਸਾਲ ਤੋਂ ਇਸੇ ਤਰ੍ਹਾਂ ਬਦਾਮਾਂ ਦਾ ਲੰਗਰ ਲਾਉਣੇ ਹੋ ਸ਼ਰਧਾਈ ਦਾ? ਨੇ 10 ਕੁ ਸਾਲ ਹੋਏ ਚੀਜ਼ ਨੂੰ ਕਰਦੇ ਨੂੰ, ਦੇਖ ਕੇ ਨਾ ਪਹਿਲੋਂ ਨਹੀਂ ਸੀ, ਪਹਿਲਾਂ ਹੋਰ ਲੰਗਰ ਲਾਉਂਦੇ, ਪਹਿਲੋਂ ਲਾ ਦਿੰਦੇ ਫਰੂਟੀ ਦਾ, ਕੋਲੇ ਦਾ, ਇੱਦਾਂ ਲਾਉਂਦੇ। ਇਹ ਦੇਖ ਕੇ ਫਿਰ ਇੱਧਰ ਨੂੰ ਹੋ ਗਏ, ਕਿਵੇਂ ਜਿੰਨੇ ਆਪਣੇ ਨੌਜਵਾਨ ਨਸ਼ੇ ਵੱਲ ਨੂੰ ਜਾਂਦੇ ਸੀ, ਚੰਗੀ ਸਿਹਤ ਵਾਸਤੇ ਚੰਗੀ ਤਾਂ ਸਿਹਤ ਬਣੂਗੀ, ਦੇਖ ਕੇ ਉਹਨਾਂ ਚੰਗੀ ਚੀਜ਼ ਪਲਾਈਏ ਵੀ ਚੰਗਾ ਉਹਨਾਂ ਨੂੰ ਲੱਗੂਗਾ ਜੀ। ਤੁਹਾਡੇ ਡੋਲ ਡੁਲੇ ਜੇ ਵੇਖ ਕੇ ਲੱਗਦਾ, ਸਿਹਤ ਸੁਹਤ ਵੇਖ ਕੇ ਲੱਗਦਾ ਵੀ ਤੁਸੀਂ ਭਲਵਾਨੀ ਭਲੂਨੀ ਵੀ ਕਰਦੇ ਰਹੇ ਹੋਵੋਗੇ। ਵੈਸੇ ਇਸ ਤੋਂ ਪਹਿਲਾਂ ਕਰਦੇ ਕੀ ਰਹੇ, ਸ਼ੌਂਕ ਕੀ ਰਿਹਾ ਤੇ ਹੁਣ ਕੀ ਕਰਦੇ? ਪਹਿਲਾਂ ਸ਼ੌਂਕ ਤਾਂ ਜ਼ਿਆਦਾ ਰੈਸਲਿੰਗ ਦਾ ਸੀ, ਪਰ ਘਰਦਿਆਂ ਦੇ ਹਾਲਾਤ ਦੇਖ ਕੇ ਉਹਨਾਂ ਨੇ ਆਪਣੇ ਕਰਕੇ ਬਾਹਰ ਜਾਣਾ ਪੈ ਗਿਆ। ਫਿਰ ਉੱਥੇ ਕਮਾਈ ਕੀਤੀ, ਹਾਰ ਵਾਰ ਕੀਤਾ ਤੇ ਫਿਰ ਸ਼ੌਂਕ ਉਹੀ ਕੀਤਾ, ਘਰਦਿਆਂ ਦੇ ਪੂਰੇ ਹੋਏ, ਆਪਣਾ ਫਿਰ ਇੱਦਾਂ ਕਰ ਲਿਆ ਸ਼ੌਂਕ। ਅੱਛਾ, ਤੇ ਹਰ ਸਾਲ ਸਪੇਨ ਦੇ ਵਿੱਚੋਂ ਫਿਰ ਇਹਨਾਂ ਦਿਨਾਂ 'ਚ ਆਉਣੇ ਹੋ, ਹਰ ਸਾਲ ਆਉਣੇ ਹੋ, ਫਿਰ ਇਹੀ ਦਿਨ ਖਾਸ ਕਰਕੇ ਚੂਜ਼ ਕਰਦੇ ਹੋ? ਇਹ ਦਿਨ ਖਾਸ ਕਰਕੇ, ਜਿਹੜੀਆਂ ਸਾਲ ਦੇ ਹੋਲੀਡੇ ਦੀਆਂ ਉੱਥੇ ਆਉਂਦੀਆਂ, ਛੁੱਟੀਆਂ ਵੀ ਆਉਂਦੀਆਂ, ਇਹ ਸਾਲ ਵਾਸਤੇ ਰੱਖੀਆਂ, ਇਹ ਦਿਨਾਂ ਵਾਸਤੇ ਵੀ। ਦੋ ਹਫ਼ਤੇ ਵਾਸਤੇ ਆਈਦਾ, 2 ਦਿਨ ਘਰ ਰਹਿਣਾ ਵਾ, ਆਣ ਕੇ ਤਾਂ 2 ਦਿਨ ਜਾ ਕੇ ਬਾਅਦ ਵਾਪਸ ਚੱਲ ਜਾਣਾ, ਜ਼ਿਆਦਾ ਅਨੰਦਪੁਰ ਸਾਹਿਬ ਹੀ ਰਹਿੰਦੇ ਹਾਂ। ਅੱਛਾ, ਇਹ ਬਾਕੀ ਸੰਗਤ ਫਿਰ ਤੁਹਾਡੇ, ਤੁਹਾਡਾ ਇੱਥੇ ਪਿੰਡ ਕਿਹੜਾ, ਕਿੱਥੋਂ ਦੇ ਰਹਿਣ ਵਾਲੇ ਹੋ ਤੇ ਸੰਗਤ ਸਾਰੀ ਕਿੱਥੋਂ ਤੁਹਾਡੇ ਕੋਲ ਆਏ, ਨਾਲ ਜੁੜਦੀ ਤੁਹਾਡੇ? ਮੇਰੇ ਮੁੰਡੇ ਯਾਰ ਦੋਸਤ ਆ, ਫਰੈਂਡ, ਕੁਛ ਪਿੰਡ ਤੋਂ ਆ, ਕੁਛ ਲਾਗਿਓਂ ਆ ਜਾਂਦੇ ਆ, ਸਾਰੇ ਪਿੰਡ ਸੈਫਲਾਬਾਦ ਆ, ਜ਼ਿਲ੍ਹਾ ਕਪੂਰਥਲਾ ਵਾ। ਇਹ ਮੁੰਡਾ ਮੇਰਾ ਮੁੰਡਾ ਫਰੈਂਡ ਵਾ, ਇੱਥੋਂ ਆਪਣੇ ਆਏ ਆ ਕਰਤਾਰਪੁਰ ਤੋਂ ਆਏ ਹੋਏ ਪੱਸਣਾ ਤੋਂ ਨਾਲ, ਇੱਦਾਂ ਇੱਕ ਦੂਜੇ ਨੂੰ ਆਣ ਕੇ ਫੋਨ ਕਰੀਦਾ, ਸਾਰੇ ਯਾਰ ਦੋਸਤ ਇੱਥੇ ਇਕੱਠੇ ਹੋਈਦਾ ਆਣ ਕੇ। ਅੱਛਾ, ਇੱਥੇ ਆ ਕੇ ਫਿਰ ਟਿਕਾਣਾ ਕਿੱਥੇ ਲਾ ਲੈਂਦੇ ਹੋ? ਕਿਉਂਕਿ ਹੁਣ ਜਿਹੜੇ ਲੋਕ ਟੀਵੀ ਰਾਹੀਂ ਦੇਖ ਰਹੇ ਆ ਉਹਨਾਂ ਨੂੰ ਤਾਂ ਐਂ ਲੱਗਦਾ ਉਹ ਵੀ ਆ ਪਤਾ ਨਹੀਂ ਕਿਹੜੀ ਗਲੀ ਆ, ਕਿੱਥੇ ਲਾਈ ਬੈਠੇ ਆ, ਤੇ ਇਹ ਕਿੱਥੇ ਲਾਉਣੇ ਹੋ, ਤੇ ਇਹ ਸਾਰਾ ਤੁਹਾਡੇ ਸੇਵਾਦਾਰਾਂ ਦਾ ਪ੍ਰਬੰਧ, ਇਹ ਲੰਗਰਾਂ ਦੇ ਪ੍ਰਬੰਧ ਫਿਰ ਕਿੱਥੇ ਰੱਖਿਆ? ਇਹ VIP ਦੇ ਰੋਡ ਦੇ ਉੱਤੇ, ਕਿਸੇ ਨੂੰ ਵੀ ਪੁੱਛ ਲਓ, VIP ਰੋਡ ਮਸ਼ਹੂਰ ਆ ਇੱਥੇ ਅਨੰਦਪੁਰ ਸਾਹਿਬ ਦੇ ਲਾਗੇ, ਉਹਦੇ ਲਾਗੇ ਪਾਣੀ ਵਾਲੀ ਟੈਂਕੀ ਆ ਜੀ, VIP ਰੋਡ 'ਤੇ, ਸਾਰਿਆਂ ਨੂੰ ਪਤਾ ਜੀ ਵੀ ਉੱਥੇ ਸਾਰੇ ਹਰ ਸਾਲ ਉੱਥੇ ਲੰਗਰ ਹੁੰਦਾ।
ਹੁਣ ਤਾਂ 10 ਸਾਲ ਤੋਂ ਲਾਉਂਦੇ, ਹੁਣ ਤਾਂ ਬੱਚੇ ਨੂੰ ਵੀ ਲੱਗ ਗਿਆ ਪਤਾ ਲੱਗ ਗਿਆ ਵੀ ਉੱਥੇ ਟਰਾਲੀ 'ਚ ਲੰਗਰ ਲੱਗਦਾ ਵਾ। ਇੱਕ ਕਦੋਂ ਕੁ ਸਟਾਰਟ ਕਰ ਦਿੰਦੇ, ਸਵੇਰੇ ਕਦੋਂ ਤੱਕ ਚੱਲਦਾ? ਸਵੇਰੇ 7 ਵਜੇ ਸਟਾਰਟ ਕਰ ਦਿੰਦੇ ਹਾਂ, ਰਾਤ ਨੂੰ ਕੋਈ ਲਿਮਟ ਨਹੀਂ ਸ਼ਾਮ ਨੂੰ। ਜਿਵੇਂ ਹੁਣ ਵੀ ਕੁੰਡਾ ਘੋਟਾ ਚੱਲੀ ਜਾਂਦਾ ਹੈ ਜੀ, ਤਾਂ ਇਹ ਸੰਗਤ ਸੇਵਾ ਕਰ ਰਹੀ ਹੈ ਆਪਣੇ ਤਰ੍ਹਾਂ ਦੀ, ਇੱਕ ਵੱਖਰੀ ਸੇਵਾ। ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ, ਕੋਈ ਜਲੇਬੀਆਂ ਦਾ ਲੰਗਰ ਲਾਉਂਦਾ, ਕੋਈ ਹੋਰ ਮਿਠਾਈਆਂ ਦਾ ਲੰਗਰ ਲਾਉਂਦਾ, ਕੋਈ ਪ੍ਰਸ਼ਾਦੇ ਦਾ ਲੰਗਰ ਲਾਉਂਦਾ, ਤਾਂ ਇਹ ਮੌਜ ਹੈ, ਵਾਹਿਗੁਰੂ ਦੀ ਕਿਰਪਾ। ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਐਸੇ ਲੰਗਰ ਲੱਗਦੇ ਨੇ, ਸਜਦੇ ਨੇ। ਬਾਈ ਜੀ ਮੈਂ ਵੇਖ ਰਿਹਾ ਤੁਹਾਡੇ ਹੱਥ 'ਚ ਵੀ ਡੱਬਾ, ਇਹ ਨਾਲ ਨਾਲ ਪਾਈ ਜਾਂਦੇ ਹੋ? ਹਾਂਜੀ ਬਾਈ ਜੀ, ਨਾਲ ਨਾਲ ਜਿੱਦਾਂ ਜਿੱਦਾਂ ਕੜੋਈ ਉਦੋਂ ਦਾ ਪਾਈ ਜਾਂਦੇ ਜੀ। ਹਾਂਜੀ, ਇਹ ਕੀ ਪਾਉਣੇ ਆ ਵੈਸੇ ਇਹਦੇ 'ਚ? ਬਾਈ ਬਦਾਮ, 10 ਮਗਜ਼, ਖਸਖਸ, ਛੋਟੀਆਂ ਇਲਾਇਚੀਆਂ, ਕਾਲੀ ਮਿਰਚ, ਜਿੰਨੀਆਂ ਚੀਜ਼ਾਂ ਸਾਰੀਆਂ ਤਾਕਤ ਵਾਲੀਆਂ ਚੀਜ਼ਾਂ ਜੀ, ਜਿੰਨੀਆਂ ਵੀ ਇਹ ਉੱਦਾਂ ਵੀ ਤਸੀਰ ਠੰਡੀ ਹੁੰਦੀ ਇਹਦੀ, ਤਸੀਰ ਠੰਡੀ ਹੁੰਦੀ ਆ ਸਰੀਰ ਨੂੰ, ਇਹ ਤਾਕਤ ਵਾਲੀ ਚੀਜ਼ ਆ। ਇਹ ਮੇਨ ਇਹ ਭਲਵਾਨ ਵੀ ਇਹ ਚੀਜ਼ ਖਾਂਦੇ ਆ, ਜਿਹੜੇ ਮੁੰਡੇ ਜਿੰਮ ਲਾਉਂਦੇ ਆ ਜਾਂ ਕਬੱਡੀ ਖੇਡਦੇ ਆ, ਉਹ ਇਹਨੂੰ ਰਗੜ ਕੇ ਇਹ ਚੀਜ਼ ਖਾਂਦੇ ਆ ਜੀ। ਅੱਛਾ, ਇੱਕ ਚੀਜ਼ ਹੋਰ ਦੱਸੋ, ਇਹ ਕਿੰਨਾ ਕੁ ਚਿਰ ਲੱਗਦਾ ਇੱਕ ਕੁੰਡਾ ਕੇ ਤਿਆਰ ਕਰਨ 'ਤੇ, ਅਤੇ ਉਹਦੇ 'ਚ ਕਿੰਨੇ ਕੁ ਜਿਹੜਾ ਹੈਗਾ ਡਰਾਈ ਫਰੂਟ ਪੈ ਜਾਂਦੇ ਆ, ਬਦਾਮ ਵਗੈਰਾ, ਪੂਰੀ ਰਸਦ, ਅਤੇ ਕਿੰਨੇ ਕੁ ਸੇਵਾ ਸੰਗਤ 'ਚ ਵਰਤ ਜਾਂਦਾ ਫਿਰ ਇਹ? ਬਾਈ ਇਹਨੂੰ ਜੇ ਵਧੀਆ ਤਰ੍ਹਾਂ ਬਣਾਉਣਾ ਤਾਂ ਲਗਭਗ 1.5 ਘੰਟਾ ਲੱਗ ਜਾਂਦਾ ਇੱਕ ਵਾਰ, ਇੱਕ ਕੁੰਡੇ ਨੂੰ। ਹਾਂਜੀ, ਇਹ 'ਚ 2-3 ਕਿਲੋ ਬਦਾਮ ਜਾਂ ਸਾਰੀ ਚੀਜ਼ਾਂ ਮਿਕਸ ਹੁੰਦੀਆਂ ਪਾਈ ਜਾਂਦੀਆਂ, ਜਿੰਨਾ ਚਿਰ ਰੈਲਾ ਚੱਲਦਾ, ਇਹ ਜਿੰਨਾ ਜ਼ਿਆਦਾ ਰਗੜਾਂਗੇ ਉਨਾ ਜ਼ਿਆਦਾ ਵਧੀਆ ਰਲੂਗਾ। ਅਤੇ ਫਿਰ ਕਿੰਨਾ ਕੁ ਪਾਣੀ ਪਾਏ, ਕਿੰਨੀ ਕੁ ਸੰਗਤ ਜਾਵੜਦਾ ਇਹ 'ਚ? ਪਾਣੀ ਇਹ 'ਚ ਖੰਡ ਪੈਣੀ, ਦੁੱਧ ਪੈਣਾ, ਇਹ ਮੈਕਸੀਮਮ ਲਓ ਇਹਦਾ 20-25 ਬਣਾ ਲੀਟਰ, 50 ਕਿਲੋ ਲਾ ਲਓ, 20-25 ਲੀਟਰ ਲਾ ਲਓ, ਯਾਨੀ ਕਿ ਬਹੁਤ ਹੀ ਵਧੀਆ ਬਣਾਉਣਾ ਤਾਂ। ਉਹ ਤਾਂ ਤੁਹਾਨੂੰ ਪਤਾ, ਪਾਣੀ ਪਾਈ ਜਾਓ ਤਾਂ ਗਾੜਾ ਜਿੰਨਾ ਮਰਜ਼ੀ ਵਧਾਈ ਜਾਓ, ਪਰ ਜੇ ਬਣਾਉਣਾ ਵਧੀਆ ਬਣਾਉਣਾ 20-25 ਲੀਟਰ ਬਣਨਾ, ਤਾਂ 20-25 ਲੀਟਰ ਬਣਾਉਣਾ ਅਤੇ ਕਰੀਬ 1.25 ਘੰਟਾ ਲੱਗ ਜਾਣਾ। ਅਤੇ ਉਹ ਤਿਆਰ ਦੇਖੋ ਹੌਲੀ ਹੌਲੀ ਕਰਕੇ, ਜਦੋਂ ਅਸੀਂ ਪਹਿਲਾਂ ਤਸਵੀਰਾਂ ਦਿਖਾਉਣ ਤੋਂ ਲੱਗੇ ਸੀ, ਉਹ ਤਾਂ ਬਦਾਮ ਅਤੇ ਮਗਜ਼ ਸਾਰੇ ਦੇਖ ਰਹੇ ਸੀ, ਪਰ ਹੁਣ ਹੌਲੀ ਹੌਲੀ ਕਰਕੇ ਬਰੀਕ ਹੁੰਦੇ ਜਾ ਰਹੇ ਆ, ਰਗੜਾਈ ਚੱਲ ਰਹੀ ਆ, 1.25 ਘੰਟਾ ਲੱਗਣਾ। ਅਤੇ ਜੇ ਘਰੇ ਕਹਿੰਦੇ ਕਿ ਕਿਸੇ ਨੇ ਬਣਾਉਣਾ ਹੋਵੇ, ਤਾਂ ਮੈਨੂੰ ਲੱਗਦਾ ਹੈ ਕਿ ਸੱਜੇ ਖੱਬੇ ਹੋਣ ਲੱਗ ਜਾਂਦੇ ਨੇ। ਬਾਈ ਜੀ, ਕੁੰਡਾ ਹੈ ਵੇਖ ਕੇ, ਘੋਟਾ ਵੇਖ ਕੇ, ਏਡਾ ਭਾਰਾ ਹੱਥ 'ਚ ਹੈ, ਕਿੰਨਾ ਭਾਰਾ ਹੈ? ਇਹ 35 ਕਿਲੋ ਭਾਰ ਹੈ ਜੀ, ਇਹਦਾ ਕੁੰਡੇ ਦਾ, ਡੰਡੇ ਦਾ 35 ਕਿਲੋ। ਆਹ ਮਾੜੀ ਜੀ, ਮੈਨੂੰ ਲੱਗਦਾ ਘੁੰਗਰੂਆਂ ਦੀ ਛਣਕਾਟ ਨਾਲ ਭਲਾ ਰੌਣਕ ਜੀ ਲੱਗੀ ਰਹਿੰਦੀ ਹੈ। ਬਹੁਤ ਵਧੀਆ ਜੀ, ਸਵੇਰ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਲਗਾਤਾਰ ਕੁੰਡਾ ਡੰਡਾ ਚੱਲਦਾ ਰਹਿੰਦਾ ਜੀ ਇਹ। ਅਤੇ ਭਲਵਾਨ ਜੀ ਦੀ ਕਿਰਪਾ ਨਾਲ, ਸੰਗਤ ਦੇ ਸਹਿਯੋਗ ਨਾਲ ਹਰ ਸਾਲ ਮੇਲੇ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਨੇ। ਤਾਂ ਆਹ ਵੇਖ ਲਓ ਜੀ, ਇਹ ਸੇਵਾ ਭਾਵ ਆ ਘਰੇ। ਜਿਵੇਂ ਮੈਂ ਪਹਿਲਾਂ ਜ਼ਿਕਰ ਕਰਦਾ ਸੀ ਕਿ ਘਰੇ ਤਾਂ ਕੋਈ ਚੜ੍ਹਨੀ ਕੁੱਟਣ 'ਤੇ ਵੀ ਮੈਨੂੰ ਲੱਗਦਾ ਵੀ ਸੱਜੇ ਖੱਬੇ ਮੇਰੇ ਅੱਗੇ ਹੋਣ ਲੱਗ ਜਾਂਦਾ ਹੋਊਗਾ ਕਿ ਯਾਰ ਤੂੰ ਫੜੀ ਘੋਟਾ, ਤੂੰ ਫੜੀ। ਅਤੇ ਪਰ ਆਹ ਵੇਖ ਲਓ ਸੇਵਾ, ਆਹ ਲੱਗੇ ਪਏ ਆ, ਇੱਕ ਵਾਰੀ ਦਾ ਕੁੰਡਾ ਤਿਆਰ ਕਰਨ 'ਤੇ 1.25 ਘੰਟਾ ਲੱਗਣਾ, ਅਤੇ 25-30 ਲੀਟਰ ਜਿਹੜਾ ਹੈਗਾ ਉਹ ਤਿਆਰ ਹੋਣਾ, ਔਰ ਫਿਰ ਉਹਨੂੰ ਸੰਗਤ ਦੇ ਵਿੱਚ ਵਰਤਾ ਦੇਣਾ, ਉਦੋਂ ਬਾਅਦ ਨਾਲ ਹੀ ਦੁਬਾਰਾ ਸ਼ੁਰੂ ਹੋ ਜਾਣਾ। ਅਤੇ ਮੈਨੂੰ ਲੱਗਦਾ ਵੀ ਜਿਹੜਾ ਹੁਣ ਤਿਆਰ ਹੋ ਰਿਹਾ, ਇਹਨੂੰ ਛਕਣ ਵਾਲੀ ਸੰਗਤ 'ਚ ਆਪਾਂ ਵੀ ਹੈਗੇ ਹਾਂ, ਆਪਾਂ ਵੀ ਦੇਖ ਲਾਂਗੇ। ਭਲਵਾਨ ਜੀ ਸਾਨੂੰ ਵੀ ਛਕਾਉਂਗੇ ਨਾ? ਨਾ ਨਾ, ਤੁਹਾਨੂੰ ਪਹਿਲਾਂ ਛਕਾਵਾਂਗੇ ਜੀ। ਮੇਰੇ ਹਿਸਾਬ ਨਾਲ ਸਵੇਰ ਦਾ ਹੀ 6500 ਗਲਾਸ ਲਿਆਂਦਾ ਸੀ, ਵੀ ਉਹ ਲੱਗ ਚੁੱਕਾ ਸਾਡਾ 2 ਘੰਟੇ ਦੇ ਵਿੱਚ। ਅੱਛਾ, ਡਿਸਪੋਜ਼ਲ ਗਲਾਸ ਵਰਤਦੇ ਹੋ ਜੀ? ਉਹ ਗਲਾਸ ਵਰਤਦੇ ਹਾਂ, ਲਿਆਣ ਕੇ ਸਾਰਾ ਉਹ ਗਲਾਸ ਦਿੰਦੇ। 6500 ਗਲਾਸ ਅੱਜ ਇੱਕ ਦਿਨ 'ਚ? ਨਹੀਂ, 2 ਘੰਟੇ 'ਚ ਲੱਗ ਚੁੱਕਾ ਸਾਡਾ, ਵੀ ਸਾਡਾ 6500 ਗਲਾਸ ਹੋਰ ਆ ਰਿਹਾ। 6500 ਹੋਰ ਆ ਰਿਹਾ, ਓਵਰ ਆ ਰਿਹਾ। ਟੋਟਲ ਗਲਾਸ ਬਾਈ ਜੀ ਕਿੰਨਾ ਕੁ ਲੱਗ ਜਾਂਦਾ ਹੈ ਇਹ ਹਫ਼ਤੇ 'ਚ? ਜੀ ਤੁਸੀਂ ਲਾ ਲਓ 6500, ਮੇਰੇ ਹਿਸਾਬ ਨਾਲ ਲਗਭਗ 40-50 ਹਜ਼ਾਰ ਗਲਾਸ ਲੱਗ ਜਾਂਦਾ ਹੋਊਗਾ। 40-50 ਹਜ਼ਾਰ ਸੰਗਤ ਦੇ ਵਿੱਚ ਲੰਗਰ ਵਰਤ ਜਾਂਦਾ ਜੀ। ਇਹ ਨਹੀਂ ਕਿ ਵਰਤਦਾ, ਹੁਣ ਇੱਕ ਗਲਾਸ ਨੂੰ 4-4 ਵਾਰ ਵੀ ਪਾਉਂਦੇ ਆ, ਵੀ ਲਾ ਲਓ ਤੁਸੀਂ, ਵੱਧ ਹੀ ਲਾ ਲਓ ਆਈਡੀਆ। ਤਾਂ ਇਹ ਗੁਰੂ ਦੀ ਕਿਰਪਾ ਹੈ ਜੀ, ਇਹ ਰੌਣਕਾਂ ਨੇ ਹੋਲਾ ਮੁਹੱਲਾ ਦੀਆਂ। ਇਕੱਲਾ ਢਿੱਡ ਭਰ ਲਈ ਸਿੰਪਲ ਲੰਗਰ ਪ੍ਰਸ਼ਾਦਾ ਹੀ ਨਹੀਂ, ਇੱਥੇ ਇਸ ਤਰ੍ਹਾਂ ਦੇ ਲੰਗਰ ਵੀ ਤੁਹਾਨੂੰ ਮਿਲਣਗੇ, ਬਦਾਮ ਵੀ ਛਕਣ ਨੂੰ ਮਿਲਣਗੇ, ਬਦਾਮਾਂ ਦੀ ਸ਼ਰਦਾਈ ਵੀ ਮਿਲੂਗੀ, ਜਲੇਬੀਆਂ, ਹੋਰ ਬੜੇ, ਕਿਉਂਕਿ ਇਹ ਖੁਸ਼ੀਆਂ ਦਾ ਤਿਉਹਾਰ ਆ ਹੋਲਾ ਮੁਹੱਲਾ। ਖਾਲਸਾ ਇੱਥੇ ਪੂਰੇ ਆਪਣੇ ਜਾਹੋ ਜਲਾਲ 'ਚ ਨਜ਼ਰ ਆਉਂਦਾ, ਗੁਰੂ ਦੀਆਂ ਲਾਡਲੀਆਂ ਫੌਜਾਂ।
ਗੁਰੂ ਦੇ ਸਿੱਖ, ਗੁਰੂ ਸ਼ਰਧਾ ਰੱਖਣ ਵਾਲੇ ਕਿਸੇ ਵੀ ਧਰਮ ਦੇ ਕਿਉਂ ਨਾ ਹੋਣ, ਦੁਨੀਆ ਭਰ ਦੇ ਕੋਨੇ ਕੋਨੇ ਚੋਂ ਸੰਗਤ ਵੀ ਤੇ ਐਸੇ ਸੇਵਾਦਾਰ ਵੀ ਇੱਥੇ ਪਹੁੰਚਦੇ ਨੇ, ਤਾਂ ਐਸੇ ਵੱਖਰੇ ਵੱਖਰੇ ਰੰਗ ਨੇ ਹੋਲਾ ਮੁਹੱਲਾ ਸ੍ਰੀ ਅਨੰਦਪੁਰ ਸਾਹਿਬ ਦੇ।